ਕਿ ਐਮਪੀ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰ ਰਿਹਾ ਦੱਸਤੀ ਹੈ ਕਿ ਅਮਰਿਤਪਾਲ ਸਿੰਘ ਦੇ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ ਖਡੂਰ ਸਾਹਿਬ ਦੇ ਐਮਪੀ ਵੱਜੋਂ ਸੌਂ ਚੁੱਕਣ ਦੇ ਲਈ ਚਿੱਠੀ ਲਿਖੀ ਗਈ ਹੈ ਜਲ ਦੇ ਵਿੱਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਨਵੇਂ ਚੁਣੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖਿਆ ਇਹ ਚਿੱਠੀ डीसी ਅੰਮ੍ਰਿਤਸਰ ਤੇ ਜਰੀਏ ਹੋਮ ਸੈਕਟਰੀ ਪੰਜਾਬ ਨੂੰ ਪੇਚੀ ਜਾਵੇਗੀ ਇਸ ਚਿੱਠੀ ਦੇ ਵਿੱਚ ਅਮਰਿਤਪਾਲ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸਨੂੰ ਜੇਲ੍ਹ ਦੇ ਵਿੱਚੋਂ ਆਰਸੀ ਤੌਰ ਤੇ ਰਿਹਾ ਕੀਤਾ ਜਾਵੇ ਜਾਂ ਪੁਲਿਸ ਕਸਟਡੀ ਦੇ ਵਿੱਚੋਂ ਹੀ ਲੋਕ ਸਭਾ ਮੈਂਬਰ ਦੀ ਸੋਚ ਕੁਵਾਈ ਜਾਵੇ ਅਮਰਿਤਪਾਲ ਸਿੰਘ ਨੇ ਕਮਿਜ਼ ਰੱਖਿਆ ਕਾਨੂੰਨ ਦੀ ਤਾਰਾ 15 ਤਹਿਤ ਜੇਲ੍ਹ ਦੇ ਵਿੱਚੋਂ ਆਰਸੀ ਦੀ ਰਿਹਾਈ ਲਈ ਚਿੱਠੀ ਲਿਖੀ ਹੈ ਦੱਸਦੀ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਅਮਰਿਤਪਾਲ ਸਿੰਘ ਇਸ ਸਮੇਂ ਆਪਣੇ 9 ਸਾਥੀਆਂ ਦੇ ਨਾਲ ਐਨਐਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਲੋਕ ਸਭਾ ਚੋਣਾਂ 2024 ਦੇ ਵਿੱਚ ਉਸਨੇ ਖਡੂਰ ਸਾਹਿਬ ਹਲਕੇ ਤੋਂ ਚੋਣ ਜਿੱਤੀ ਹੈ ਤੇ ਉਸਨੇ ਕਾਂਗਰਸੀ ਉਮੀਦਵਾਰ ਕੁਲਬੀਰ ਜੀਰਾ ਨੂੰ ਕਈ ਵੋਟਾਂ ਦੇ ਨਾਲ ਜਿਹੜਾ ਫਰਕ ਤੇ ਨਾਲ ਹਰਾਇਆ ਸੀ ਤੇ ਹੁਣ ਖਬਰ ਸਾਂਝੀ ਕਰਿਆ ਹਾਲਾਂਕਿ ਪਿਛਲੇ ਦਿਨੀ ਵੀ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਅਮਿਤਪਾਲ ਸਿੰਘ ਸੋਨ ਚੁੱਕਣ ਦੇ ਲਈ ਜੇਲ੍ਹ ਤੋਂ ਬਾਹਰ ਆ ਸਕਤੇ ਨੇ ਜਾਂ ਨਹੀਂ ਕਿਉਂਕਿ ਕਾਨੂੰਨੀ ਮਹਾਰਾ ਦੇ ਜੜੀ رائے ਵੀ ਸਾਂਝੀ ਆਈ ਸੀ ਕਿ ਹਰੇਕ ਮੈਂਬਰ ਦਾ ਅਧਿਕਾਰ ਹੁੰਦਾ ਹੈ ਉਹਨਾਂ ਨੂੰ ਜੜੀ ਆ ਰਿਹਾਈ ਮਿਲ ਸਕਤੀ ਹੈ ਦੱਸ ਦਿੱ ਕਿ ਪੰਜਾਬ ਦੀ ਖਡੂਰ ਸਾਹਿਬ लोकसभा सीट ਤੋਂ ਪਾਰਿਸ ਪੰਜਾਬ ਦੇ ਅਮਰਿਤਪਾਲ ਸਿੰਘ ਦੀ ਜਿੱਤ ਤੋਂ ਇੱਕ ਦਿਨ ਬਾਅਦ ਉਹਨਾਂ ਦੇ ਵਕੀਲ ਦੇ ਵੱਲੋਂ ਵੀ ਦਾਵਾ ਕੀਤਾ ਸੀ ਕਿ ਅਮਰਿਤਪਾਲ ਸਿੰਘ ਦੀ ਜੇਲ੍ਹ ਤੋਂ ਰਿਹਾਈ ਨੂੰ ਯਕੀਨੀ ਬਣਾਉਣ ਦੇ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ ਅਮਰਿਤਪਾਲ ਸਿੰਘ ਦੀ ਪਤਨੀ ਵੀ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਮਿਲਣ ਦੇ ਲਈ ਪਹੁੰਚੇ ਸੀ ਤੇ ਹੁਣ ਤੁਹਾਡੇ ਨਾਲ ਖਬਰ ਜਿਹੜੀ ਸਾਂਝੀ ਕਰ ਰਹੇ ਆ ਕਿ ਅਮਰਿਤਪਾਲ ਸਿੰਘ ਸੌ ਚੁੱਕਣ ਦੇ ਲਈ ਜੇਲ੍ਹ ਤੋਂ ਬਾਹਰ ਆਉਣ ਕੇ ਚਾ ਨਹੀਂ ਇਸ ਦੇ ਨੂੰ ਲੈ ਕੇ ਜਿਹੜਾ ਆ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਕਡੂਰ ਸਾਹਿਬ ਦੇ ਐਮਪੀ ਵੱਜੋਂ ਸੌ ਚੁੱਕਣ ਦੇ ਲਈ ਇਹ ਚਿੱਠੀ ਲਿਖੀ ਗਈ ਕਿ ਆਜੀ ਰਿਹਾਈ ਦਿੱਤੀ ਜਾਵੇ ਸੋ ਲਗਾਤਰ ਨਸਰਾ ਇੱਕ ਦੇ ਟਿੱਕੀਆਂ ਹੋਈਆਂ ਨੇ ਕਿ ਸੌ ਚੁੱਕਣ ਦੇ ਲਈ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣ ਕੇ ਚਾ ਨਹੀਂ ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਉਦਾਹਰਨਾਂ ਨੇ ਜਦੋਂ ਜੇਲ੍ਹ ਦੇ ਵਿੱਚ ਬੰਦ ਉਮੀਦਵਾਰ ਨੂੰ ਸੌਂ ਚੁੱਕਣ ਦੇ ਲਈ ਪੈਰੋਲ ਮਿਲੀ ਹੈ ਉਦਾਹਰਨ ਵਜੋਂ ਜੇ ਗੱਲ ਕੀਤੀ ਜਾਵੇ ਸਾਲ 2020 ਦੇ ਵਿੱਚ ਲਾਹੌਰ ਹਾਈ ਕੋਰਟ ਨੇ बसपा ਨੇਤਾ ਅਤુલ رائے ਨੂੰ ਸੰਸਦ ਮੈਂਬਰ ਵਜੋਂ ਸੌਂ ਚੁੱਕਣ ਦੇ ਲਈ ਪੈਰੋਲ ਦਿੱਤੀ ਸੀ ਐਸ ਪੀਏ ਵਿਧਾਇਕ ਨਾਹਿਦ ਹਸਨ ਨੂੰ ਸਾਲ 2022 ਦੇ ਵਿੱਚ यूपी ਦੇ ਵਿੱਚ ਵਿਧਾਨ ਸਭਾ ਦੇ ਸੌ ਚੁੱਕ ਸਮਾਗਮ ਦੇ ਲਈ ਜ਼ਮਾਨਤ ਤੇ ਰਿਹਾਈ ਕੀਤਾ ਸੀ ਜੇਕਰ ਪਿਛਲੀਆਂ ਉਦਾਰਨਾ ਤੇ ਨਸਰ ਮਾਰੀਏ ਤਾਂ ਅਮਰਿਤਪਾਲ ਨੂੰ ਆਰਸੀ ਤੌਰ ਤੇ ਰਹਾਈ ਚੜੀਆ ਮਿਲ ਸਕਦੀ ਹੈ ਤਾਂ ਜੋ ਲੋਕ ਸਭਾ ਮੈਂਬਰ ਵਜੋ ਸੌ ਚੁੱਕ ਸਕਣ ਦਾਸਤੀ ਹੈ ਕਿ ਸੰਸਦ ਮੈਂਬਰ ਤੇ ਵਿਧਾਇਕ ਜੇਲ੍ਹ ਦੇ ਵਿੱਚ ਬੈਠ ਕੇ ਆਪਣੀ ਡਿਊਟੀ ਨਿਭਾ ਸਕਦੇ ਨੇ ਇਹ ਸਵਾਲ ਕਾਫੀ ਪਚੀਦਾ ਹੈ ਕਈ ਤਰੀਕੇ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਹਾਲਾਂਕਿ ਆਨਲਾਈਨ ਮੀਟਿੰਗਾਂ ਜਿਹੜੀਆਂ ਕਰ ਸਕਤੇ ਨੇ ਫੈਸਲੇ ਲੈ ਸਕਤੇ ਨੇ ਜੇਲ੍ਹ ਦੇ ਵਿੱਚ ਬੈਠੇ ਵਿਧਾਇਕ ਚਾ ਸੰਸਦ ਮੈਂਬਰ ਆਪਣੀ ਪਾਰਟੀ ਦੇ ਸੀਨੀਅਰ ਮੈਂਬਰਾਂ ਕਾਨੂੰਨੀ ਟੀਮ ਅਤੇ ਪਰਿਵਾਰਿਕ ਮੈਂਬਰਾਂ ਰਾਹੀਂ ਸਮੱਸਿਆਵਾਂ ਨੂੰ ਸੁਣ ਅਤੇ ਸਮਝ ਸਕਦੇ ਨੇ ਪਰ ਉਹ ਸੰਸਦ ਦੇ ਸੈਸ਼ਨ ਦੇ ਵਿੱਚ ਹਿੱਸਾ ਨਹੀਂ ਲੈ ਸਕਤੇ ਤੇ ਜਿਹਦੇ ਵਿਚਕਾਰ ਅਮਰਿਤਪਾਲ ਦੇ ਨਾਲ ਜੁੜੀ ਹੋਈ ਏ ਖਬਰ ਸਾਂਝੀ ਕਰ ਰਹੇ ਹਾਲਾਂਕਿ ਚਰਚਾ ਵਿੱਚ ਚਲ ਰਹੀਆਂ ਸੀ ਕਿ ਅੰਮ੍ਰਿਤਪਾਲ ਜ਼ਿਲ੍ਹੇ ਤੋਂ ਬਾਹਰ ਆ ਸਕਦੇ ਨੇ ਜਿਹੇ ਦੇ ਵਿੱਚ ਹੁਣ ਖੁਦ ਅੰਮ੍ਰਿਤਪਾਲ ਦੇ ਵੱਲੋਂ ਜੜੀ ਆ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਗਈ ਹੈ ਇਹ ਚਿੱਠੀ ਡੀਸੀ ਅੰਮ੍ਰਿਤਸਰ ਦੇ ਜ਼ਰੀਏ ਹੋਮ ਸੈਕਟਰੀ ਪੰਜਾਬ ਨੂੰ ਪੇਚੀ ਜਾਵੇਗੀ ਇਸ ਚਿੱਠੀ ਦੇ ਵਿੱਚ ਅਮਰਿਤਪਾਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਜੇਲ੍ਹ ਚੋਂ ਆਰਜੀ ਤੌਰ ਤੇ ਰਿਹਾਅ ਕੀਤਾ ਜਾਵੇ ਚਾਹ ਪੁਲਿਸ ਕਸਟਡੀ ਦੇ ਵਿੱਚੋਂ ਲੋਕ ਸਭਾ ਮੈਂਬਰ ਦੀ ਸੋਚ ਕੁਾਈ ਜਾਵੇ ਅਮਰਿਤਪਾਲ ਸਿੰਘ ਨੇ ਕਮਿਜ਼ ਸੁਰੱਖਿਆ ਕਾਨੂੰਨ ਦੀ ਤਾਰਾ 15 ਤਹਿਤ ਜੇਲ੍ਹ ਦੇ ਵਿੱਚੋਂ ਆਰਜੀ ਰਿਹਾਇਲ ਦੇ ਲਈ ਜਿਹੜੀ ਆ ਚਿੱਠੀ ਲਿਖੀ ਆ ਦੇਖਣਾ ਹੋਵੇਗਾ ਕਿ ਇਸ ਚਿੱਠੀ ਦੇਵਤੋ ਜਿਹੜਾ ਪੰਜਾਬ ਸਰਕਾਰ ਦਾ ਕਿਆ ਐਕਸ਼ਨ ਹੋਵੇਗਾ ਕਿ ਸੌ ਚੁੱਕਣ ਦੇ ਲਈ ਅੱਜ ਰਿਹਾਈ ਦਿੱਤੀ ਜਾਂਦੀ ਹੈ ਜਾਂ ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋ ਜਾਵੇਗਾ